ਜਿਹੜੀ ਸਿੱਖੀ ਦੀ ਚੇਤਨਤਾ ਹੈ ਅਸੀਂ ਰਾਜ ਕਿਉਂ ਮੰਗਦੇ ਹਾਂ ਉਹ ਇਸ ਕਰਕੇ ਮੰਗਦੇ ਹਾਂ ਵੀ ਜਿਹੜਾ ਸਾਡੇ ਕੋਲ ਚੇਤਨਤਾ ਆਈਡੀਆ ਵਾ ਉਹਨੂੰ ਈਜ਼ੀਲੀ ਹੁਣ ਸਕੂਲ ਹੈ ਸਕੂਲ ਨੈਸ਼ਨਲਿਜ਼ਮ ਦਾ ਟੂਲ ਬਣਿਆ ਕਿ ਨਹੀਂ ਬਣਿਆ ਸਾਡੇ ਬੱਚਿਆਂ ਨੂੰ ਨੈਸ਼ਨਲਿਜ਼ਮ ਸਕੂਲ ਦਾ ਟੂਲ ਸਕੂਲ ਬਣ ਗਿਆ ਤੇ ਜੇ ਸਾਡੇ ਸਕੂਲ ਸਾਡੇ ਕੋਲ ਹੋਣ ਤੇ ਸਾਡੇ ਸਕੂਲ ਉਹੋ ਹੀ ਸਕੂਲ ਸਿੱਖੀ ਸਿਖਾਉਣਗੇ ਸੋ ਇਹਦਾ ਅਰਥ ਇਹ ਹੈ ਵੀ ਚੇਤਨਤਾ ਹੋਣ ਦੇ ਬਾਵਜੂਦ ਹੁਣ ਮੇਰੇ ਕੋਲ ਬਹੁਤ ਗਿਆਨ ਹੋਵੇ ਤੁਹਾਡੇ ਕੋਲ ਤੁਹਾਡੇ ਮਨ 'ਚ ਬਹੁਤ ਗਿਆਨ ਹੈ ਤੁਸੀਂ ਕਿਤਾਬ 'ਤੇ ਉਹਨੂੰ ਉਕਰੋਗੇ ਨਾ ਪਦਾਰਥ ਦੀ ਵਰਤੋਂ ਨਾ ਕਰੋਗੇ ਐਕਸਪੈਂਡ ਕਿੱਦਾਂ ਹੋਊਗਾ ਸਵਾਲ ਤੇ ਇੱਥੇ ਆਣ ਕੇ ਖੜਾ ਹੋ ਜਾਂਦਾ ਐਕਸਪੈਂਸ਼ਨ ਵਾਸਤੇ ਕਿ ਫਿਲਾਸਫੀਕਲੀ ਸਿੱਖੀ ਹੈ ਜਾਂਚ ਦਿੰਦੀ ਹੈ ਕਿ ਪਹਿਲਾਂ ਪਦਾਰਥ ਦੀ ਗੱਲ ਕਰੋ ਕੋਈ ਨਾ ਚੇਤਨਾ ਬਾਅਦ 'ਚ ਆ ਜਾਊ ਨਹੀਂ ਮੈਂ ਤਾਂ ਪਹਿਲਾਂ ਚੇਤਨਤਾ ਦੀ ਗੱਲ ਕੀਤੀ ਪਦਾਰਥ ਮੈਂ ਕਿਹਾ ਵੀ ਪਦਾਰਥ ਦੀ ਵਰਤੋਂ ਵੀ ਚੇਤਨਤਾ ਲਈ ਕਰਨੀ ਹੈ ਕਿਸੇ ਹੋਰ ਰਾਜ ਇਸ ਲਈ ਚਾਹੀਦਾ ਹੈ ਵੀ ਸਿੱਖੀ ਦਾ ਪ੍ਰਸਾਰ ਕਰ ਸਕੀਏ ਆਪਣੀ ਨਿੱਜੀ ਮਨਸ਼ਾ ਲਈ ਰਾਜ ਨਹੀਂ ਚਾਹੀਦਾ ਰਾਜ ਇਸ ਕਰਕੇ ਨਹੀਂ ਚਾਹੀਦਾ ਵੀ ਗੱਦੀ ਤੇ ਬੈਠ ਕੇ ਹੁਕਮ ਸੁਣਾਉਣਾ ਹੈ ਰਾਜ ਇਸ ਕਰਕੇ ਜਦੋਂ ਸਿੱਖਾਂ ਨੇ ਕਿਹਾ ਵੀ ਮਤਲਬ ਵੀ ਗੁਰੂ ਸਾਹਿਬ ਜੀ ਪੰਥ ਹੀ ਨਾ ਰਹੇ ਤਾਂ ਗ੍ਰੰਥ ਕੌਣ ਮੰਨਿਓ ਇਹਦਾ ਅਰਥ ਇਹ ਨਹੀਂ ਵੀ ਉਹ ਪੰਥ ਨੂੰ ਵੱਡਾ ਸਮਝਦੇ ਉਹਨਾਂ ਨੇ ਪੰਥ ਨੂੰ ਬਚਾਉਣ ਲਈ ਤਾਂ ਤਰਲਾ ਕੀਤਾ ਵੀ ਤੁਹਾਡੇ ਗ੍ਰੰਥ ਨੂੰ ਕੋ ਮੰਨਦਾ ਰਹੇ ਸੋ ਇਹਦਾ ਅਰਥ ਕੀ ਹੈ ਵੀ ਸਾਡੇ ਲਈ ਰਾਜ ਸਾਨੂੰ ਤਾਂ ਜ਼ਰੂਰੀ ਹੈ ਵੀ ਜਿਹੜੀ ਸਾਡੀ ਚੇਤਨਤਾ ਹੈ ਚੇਤਨਤਾ ਜਿਹੜੀ ਹੈ ਜਿਹਨੂੰ ਇਹਨੂੰ ਫੈਲਾਉਣਾ ਨਹੀਂ ਹੈ ਤੇ ਇਹਦੇ ਲਈ ਇੱਕ ਸਟਰਕਚਰ ਦੀ ਲੋੜ ਹੈ ਪ੍ਰੋਪਰ